ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਵਿੱਚ 120 ਰੁਪਏ ਦੇ ਕੇ ਘਰ ਬੈਠੇ ਪ੍ਰਾਪਤ ਕਰੋ 43 ਨਾਗਰਿਕ ਸੇਵਾਵਾਂ ਮ ਹੁਣ ਤੱਕ 11499 ਲੋਕਾਂ ਨੇ ਲਿਆ ਲਾਭ ਪਿਛਲੇ 15 ਦਸੰਬਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਘਰ-ਘਰ ਇਹ ਸੇਵਾਵਾਂ ਮੁਹੱਈਆ ਕਰਵਾਉਣ ਦੇ ਲਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਰਿਕਾਰਡ ਦੇ ਅਨੁਸਾਰ ਜਨਵਰੀ ਮਹੀਨੇ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 12548 ਵਿਅਕਤੀਆਂ ਨੇ ਫੋਨ ਕਰਕੇ ਘਰ ਬੈਠੇ ਸੇਵਾਵਾਂ ਲੈਣ ਦੇ ਲਈ ਅਪਲਾਈ ਕੀਤਾ ਹੈ। ਇਹਨਾਂ ਦੇ ਵਿੱਚੋਂ 11499 ਲੋਕਾਂ ਨੇ ਇਹ ਸਹੂਲਤ ਦਾ ਸਿੱਧਾ ਲਾਭ ਲਿਆ ਹੈ। ਸੇਵਾ ਕੇਂਦਰਾਂ ਵਿੱਚ ਉਪਲਬਧ 43 ਕਿਸਮਾਂ ਦੀਆਂ ਚੋਣਮਗਾ ਸੇਵਾਵਨ ਐਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਜਿਸ ਦਾ ਲਾਭ ਲੈਣ ਦੇ ਲਈ ਲੋਕ 1076 ਨੰਬਰ ਤੇ ਕਾਲ ਕਰਕੇ ਘਰ ਬੈਠੇ ਹੀ ਕੰਮ ਕਰਵਾ ਸਕਦੇ ਹਨ ਤਿਸ ਦੇ ਲਈ 120 ਰੁਪਏ ਦੀ ਵਾਧੂ ਰਕਮ ਅਦਾ ਕਰਨੀ ਪਵੇਗੀ ਪੰਜਾਬ ਸਰਕਾਰ ਦੇ ਵੱਲੋਂ ਹਰ ਕੁੱਝਾਂ ਮਹੀਨਾ ਬਾਅਦ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਕਿ ਲੋਕਾਂ ਨੇ ਬਲ ਸੇਵਾਵਾਂ ਲੈਣ ਦੇ ਲਈ ਕੀਤੀਆਂ ਜਾ ਰੀਆਂ ਕਾਲਾਂ ਸਹੀ ਟਾਂਕ ਦੇ ਨਾਲ ਕੀਤੀਆਂ ਗਈਆਂ ਹਨ ਜਾਂ ਨਹੀਂ ਉਹਨਾਂ ਨੂੰ ਮਿਲ ਰਹੀਆਂ ਹਨ ਇਹ ਸੇਵਾਵਾਂ ਜਾਂ ਨਹੀਂ ਇਸ ਦੇ ਲਈ ਸਬ ਡਿਵੀਜ਼ਨ ਪੱਧਰ ਤੇ ਸਖਲਾਈ ਪ੍ਰਾਪਤ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਮੇਅਰ ਚੋਣਾਂ ਚੰਡੀਗੜ੍ਹ ਦੇ ਵਿੱਚ ਸਿਆਸੀ ਮਾਹੌਲ ਭਖਿਆ ਤਾਂ ਦੋਸਤੋ ਚੰਡੀਗੜ੍ਹ ਦੇ ਮੇਅਰ ਦੀ ਚੋਣਾਂ ਸੰਬੰਧੀ ਅੱਜ ਸੁਪਰੀਮ ਕੋਰਟ ਦੇ ਵਿੱਚ ਜਾਰੀ ਸੁਣਵਾਈ ਬਾਰੇ ਵਿਰੋਧੀ ਪਾਰਟੀਆਂ ਆਪ ਅਤੇ ਕਾਂਗਰਸ ਬਾਗੋ-ਬਾਗ ਹਨ ਸੁਣਵਾਈ ਦੇ ਦਰਨ ਹਾਕਮ ਤਰਪਾਏ ਪੱਧਰ ਵੱਲੋਂ ਦਿੱਤੀ ਮੇਅਰ ਦੀ ਚੋਣ ਦੁਬਾਰਾ ਕਰਵਾਉਣਗੇ ਦਲੀਲ ਨੂੰ ਰੱਦ ਕਰਕੇ 30 ਜਨਵਰੀ ਨੂੰ ਹੋਈ ਮੇਅਰ ਦੀ ਚੋਣ ਦੇ ਵਿੱਚ VOTING ਦੇ ਮਤ ਪੱਤਰਾਂ ਦੀ ਜਾਂਚ ਭੜਕੇ ਕਰਨ ਦੇ ਅਦਾਲਤ ਦੇ ਫੈਸਲੇ ਦਾ ਵਿਰੋਧੀ ਦੂਮਾ ਤਰਾਨੇ ਸਵਾਗਤ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਮੇਅਰ ਦੀ ਚੋਣ ਦੌਰਾਨ ਭਾਇਪਾ ਦੇ ਵੱਲੋਂ ਕੀਤੀ ਕਥਤਾ ਹਿਰਾਫਰੀ ਜਲਦ ਜ਼ਾਹਿਰ ਹੋ ਜਾਵੇਗੀ ਤੇ ਇਸ ਬਾਰੇ ਆਪ ਚੰਡੀਗੜ੍ਹ ਦੇ ਕੋ-ਇਨਚਾਰਜ ਡਾਕਟਰ ਐਸਐਸ ਆਲੂ ਬਾਲਿਆ ਨੇ ਕਹਿ ਕੇ ਜਿਸ ਤਰ੍ਹਾਂ ਦੇ ਨਾਲ ਅੱਜ ਸੁਪਰੀਮ ਕੋਰਟ ਦੇ ਵੱਲੋਂ ਚੰਡੀਗੜ੍ਹ ਮੇਅਰ ਚੋਣ ਦੇ ਵਿੱਚ ਪ੍ਰੈਜ਼ਾਈਡਿੰਗ ਅਧਿਕਾਰੀ ਅਨੈਲਾ ਮਸੀਦ ਦੇ ਵੱਲੋਂ ਕੀਤੀ ਲੋਕਤਾਂਤਰ ਦੀ ਹੱਤਿਆ ਖਿਲਾਫ ਦੁਬਾਰਾ ਸਖਤ ਟਿੱਪਣੀਆਂ ਕੀਤੀਆਂ ਗੀਆਂ ਅਤੇ ਉਸ ਤੋਂ ਸਾਫ ਹੋ ਗਿਆ ਕਿ ਚੰਡੀਗੜ੍ਹ ਵਾਸੀਆਂ ਨੂੰ ਛੇਤੀ ਹੀ ਸੁਪਰੀਮ ਕੋਰਟ ਤੋਂ ਇਨਸਾਫ ਮਿਲੇਗਾ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋ ਘੰਟੇਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਤ ਪਾਲ ਸਿੰਘ ਦੇ ਪਿਤਾ ਨੇ ਲਾਈ ਗੁਹਾਰ ਕਿਹਾ ਸਾਥੀਆਂ ਸਮੇਤਾ ਪੰਜਾਬ ਦੇ ਜੇਲ੍ਹ ਵਿੱਚ ਆ ਕੀਤਾ ਜਾਵੇ ਤਬਦੀਲ ਆ ਭਖੜਤਾਲ ਤੇ ਜਾਂਦਾ ਦਿੱਤਾ ਅਲਟੀਮੇਟਮ ਵਕਵਾਦੀ ਆਗੂ ਅਤੇ ਖਾਲਸਤਾਨੀ ਸਮਰਥਕ ਅਮਰਤ ਪਾਲ ਸਿੰਘ ਅਤੇ ਉਹਦੇ ਸਾਥਕ ਨੂੰ ਪੰਜਾਬ ਦੇ ਜੇਲ੍ਹ ਦੇ ਵਿੱਚ ਤਬਦੀਲ ਆ ਕੀਤਾ ਜਾਵੇ ਇਹ ਸ਼ਬਦ અમરતા પાલ સંગ ਦੇ ਪਿਤਾ ترਸੀਮ ਸਿੰਘ ਨੇ ਮੰਗਲਵਾਰ ਬਾਅਦ ਦੁਪਹਿਰ ਦੇਸੀ ਕਨਸ਼ਾਮਾ ਤੂਰੀ ਦੇ ਰਹਾਇਸ਼ ਦੇ ਬਾਹਰ ਕਹੇ ਇਸ ਦਰਨ ਪਰਿਵਾਰ ਨੇ ਦੇਸੀ ਕਨਸ਼ਾਮਾ ਤੂਰੀ ਨੂੰ ਮੰਗ ਪੱਤਰ ਦਿੱਤਾ ਤੇ અમਰਤ ਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੀ ਮੰਗ ਵੀ ਕੀਤਾ ਮੁਲਜ਼ਮ ਦੇ ਪਰਿਵਾਰ ਨੇ ਦਾਵਾ ਕੀਤਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਨੂੰ ਇੱਕ ਦਿਨ ਦਾ ਸਮਾਂ ਦੇਰਨ ਤੇ ਜੇਕਰ ਸਰਕਾਰ ਨੇ ਹੱਦੇ ਬਿਲਕੁਲ ਵੀ ਗੱਲ ਨਾ ਸੁਣੀ ਤਾਂ ਆਪਣੇ ਪੁੱਤਰ ਅਤੇ ਸਾਥੀਆਂ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਭੋਖੜ ਧੜਲ ਕਰਨਗੇ। ਅਗਲੀ ਖਬਰ ਹੈ ਪੰਜਾਬ ਦੇ ਸਭ ਤੋਂ ਮਹਿੰਗੇ ਅਤੇ ਰੁੱਝੇ ਰਹਿਣ ਵਾਲੇ ਟੋਲ ਪਲਾਜ਼ਾ ਕਿਸਾਨਾਂ ਨੇ ਕਰਾਇ ਮੁਫਤ। ਦਵਾਬਾ ਕਿਸਾਨ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਲਈ 20 ਤੋਂ ਲੈ ਕੇ 22 ਫਰਵਰੀ ਤੱਕ ਸਵੇਰ ਭਰ ਦੇ ਵਿੱਚ ਸਾਰੇ ਟੋਲ ਪਲਾਜ਼ਾ ਨੂੰ ਟੋਲ ਮਾਕਤਾ ਕਰਨ ਅਤੇ ਭਾਈਪਾ ਸੰਸਦ ਮੈਂਬਰਾਂ ਦੇ ਅਤੇ ਉਧਾਇਕਾਂ ਦੇ ਘਰ ਦੇ ਅੱਗੇ ਦਿਨ ਰਾਤ ਰੋਸ਼ ਪ੍ਰਦਰਸ਼ਨ ਕਰਨ ਦੇ ਕੀਤੇ ਫੈਸਲੇ ਦੇ ਤਹਿਤ ਕਿਸਾਨਾਂ ਨੇ ਅੱਜ ਸਵੇਰੇ 10 ਵਜੇ ਹੁਸ਼ਿਆਰਪੁਰ ਦੇ ਵਿੱਚ ਹਾਈਵੇ ਦੇ ਦੋਵੇਂ ਟੋਲ ਪਲਾਜ਼ਾ ਹਸਰ ਮਾਨਸਰਾ ਤੇ ਜੋ ਲਾਂਗ ਨੂੰ 3 ਦਿਨਾਂ ਦੇ ਲਈ ਮਾਫਤਾ ਕਰਨ ਦੇ ਲਈ ਮੋਰਚਾ ਲਗਾ ਦਿੱਤਾ ਹੈ ਪੰਜਾਬ ਸਰਕਾਰ ਤੇ ਹੀ ਫਸਲਾਂ ਐਮਐਸਪੀ ਤੇ ਖਰੀਦਣ ਦੇ ਲਈ ਕਾਨੂੰਨ ਲਿਆਵੇ ਲੋਕ ਸਭਾ ਮੈਂਬਰ ਹਰਸਿਮਰਤ ਕੋਰ ਬਾਦਲ ਨੇ ਅੱਜ ਕਹਿ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਸਾਰੀਆਂ 23 ਫਸਲਾਂ ਐਮਐਸਪੀ ਦੇ ਅਨੁਸਾਰ ਖਰੀਦੀਆਂ ਜਾਣੀਆਂ ਉਹਨਾਂ ਨੇ ਕਹਿ ਕੇ ਜੇਕਰ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਦਿੰਦਾ ਫਿਰ ਮੁੱਖ ਮੰਤਰੀ ਨੂੰ ਐਸਾ ਤਜਬੀਜ ਨੂੰ ਪੰਜਾਬ ਦੇ ਵਿੱਚ ਅਮਲੀ ਜਮਾ ਪੈਣਾਉਣ ਦੇ ਲਈ ਟਾਕਮਾ ਕਾਨੂੰਨ ਲਿਆਉਣਾ ਚਾਹੀਦਾ ਹੈ। ਪਾਇਪੜ ਵਿੱਚ ਸ਼ਾਮਲ ਹੋ ਸਕਦੇ ਹਨ ਐਮਪੀ ਪਰਨੀਤ ਕੋਰ ਕੈਪਟਨ ਅਮਰਿੰਦਰ ਸਿੰਘ ਆ ਪਹਿਲਾਂ ਹੀ ਜੁਆਇਨ ਕਰ ਚੁੱਕੇ ਨੇ ਭਾਜਪੀ। ਸਾਬਕਾ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਤੇ ਪਟਿਆਲਾ ਤੋਂ ਐਮਪੀ ਪਰਨੀਤ ਕੋਰ ਜਲਦੀ ਪਾਇਪੜ ਵਿੱਚ ਸ਼ਾਮਲ ਹੋ ਸਕਦੇ ਹਨ ਭਰੋਸੇਯੋਗ ਸੂਤਰਾਂ ਤੇ ਮਿਲੇ ਜਾਣਕਾਰ ਦੇ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰ ਦੇ ਅਨੁਸਾਰ ਪ੍ਰਨੀਤ ਕੌਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਈਪਾ ਜੁਆਇਨ ਕਰ ਸਕਦੇ ਹਨ ਜਿੱਕਰ ਜੁਗਾ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਈਪਾ ਦੇ ਵਿੱਚ ਜਾ ਚੁੱਕੇ ਹਨ ਅਗਲੀ ਖਬਰ ਹੈ ਇੰਡੀਅਨ ਨੇਵੀ ਨੇ SSC ਅਫਸਰਦਿਆਂ ਅਸਾਮੀਆਂ ਤੇ ਕੱਢੀਆਂ ਭਰਤੀਆਂ 10 ਮਾਰਚ ਤੱਕ ਕਰੋ ਅਪਲਾਈ ਭਾਰਤੀ ਜਲ ਸੈਨਾ ਦੇ ਵਿੱਚ ਨੌਕਰੀ ਦੇ ਵਧੀਆ ਮੌਕੇ ਆ ਰਹੇ ਹਨ ਨੇਵੀ ਨੇ SSC ਅਫਸਰਦਿਆਂ 254 ਅਸਾਮੀਆਂ ਦੇ ਲਈ ਅਰਜ਼ੀਆਂ ਮੰਗੀਆਂ ਅਤੇ ਸਰਬਸਕ ਕਮਿਸ਼ਨ ਦੀਆਂ 254 ਅਸਾਮੀਆਂ ਤੇ ਭਾਰਤੀ ਦੇ ਲਈ ਨੋਟੀਫਿਕੇਸ਼ਨ ਸਰਕਾਰੀ ਵੈਬਸਾਈਟ indiannavy.gov.in ਤੇ ਜਾ ਕੇ ਜੁਆਇਨ ਕੀਤਾ ਜਾ ਸਕਦਾ ਹੈ ਤੇ ਇਸ ਮੁਤਾਬਕ 24 ਫਰਵਰੀ 2024 ਤੋਂ ਅਪਲਾਈ ਦੇ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਇਸ ਭਾਰਤੀ ਦੇ ਇੱਛਕ ਅਤੇ ਯੋਗ ਉਮੀਦਵਾਰ 10 ਮਾਰਚ 2024 ਤੱਕ ਅਪਲਾਈ ਕਰ ਸਕਦੇ ਹਨ ਅਗਲੀ ਖਬਰ ਹੈ ਸੀਆਮਾ ਮਾਨੂਕ ਸਨਨ ਦਾ ਵਕੀਲ ਹੈ ਕਿਸ ਨੇ ਬਣਾਇਆ ਜੋ ਖੋਦਾ ਕਿਸਾਨਤ ਦੇ ਨਾਲ ਕੀਤੇ ਬਾਅਦੇ ਪੂਰੇ ਨਹੀਂ ਕਰ ਰੇ ਜਾਖੜ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਪੰਜਾਬ ਬਾਰਡਰਾਂ ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਬਾਰਡਰ ਤੇ ਸਖਤ ਬੈਰੀਕੇਡਿੰਗਾਂ ਕੀਤੀ ਅਤੇ ਇਸ ਦੇ ਵਿਚਾਲੇ ਕਿਸਾਨਾਂ ਤੇ ਕੇਂਦਰ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਤੇ ਭਾਜਪਾ ਪ੍ਰਧਾਨ ਸੁਨੀਲਾ ਜਾਖੜ ਨੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹੋਈਆਂ ਮੀਟਿੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਹਿ ਕਿ ਮੁੱਖ ਮੰਤਰੀ ਪਰਦਰਸ਼ਨ ਦੀ ਆੜ ਦੇ ਵਿੱਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਪਹਿਲਾਂ ਨਿਭਾਉਣਾ ਫਿਰ ਕੇਂਦਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਭਾਜਪਾ ਪ੍ਰਧਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਹੋਏ ਮੁੱਖ ਮੰਤਰੀ ਮਾਨ ਸੂਬੇ ਦੇ ਲੋਕਾਂ ਨੂੰ ਦੱਸਣ ਕੇ ਕਿਸਾਨਾਂ ਦੇ ਵਕੀਲ ਹੁਣ ਦਾ ਵਕਾਲਤਨਾਮਾ ਉਹਨਾਂ ਨੂੰ ਕਿਸ ਨੇ ਦਿੱਤਾ ਅਗਲੀ ਖਬਰ ਹੈ ਵੱਡੀ ਖਬਰ ਹਾਈਵੇ ਤੇ ਨਹੀਂ ਲਿਜਾ ਸਕਦੇ ਟਰੈਕਟਰ ਟਰਾਲੀ ਬਾਰਡਰਾਂ ਤੇ ਇਕੱਠੇ ਨਾ ਹੁਣ ਦਿੱਤੀ ਜਾਵੇ ਪੀੜਾ ਹਾਈ ਕੋਰਟ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਲੈ ਕੇ ਸੁਣਵਾਈ ਹੋਈ ਹਾਈ ਕੋਰਟ ਨੇ ਕਹਿ ਕੇ ਹਾਈਵੇ ਤੇ ਕੋਈ ਵੀ ਟਰੈਕਟਰ ਟਰਾਲੀ ਨਹੀਂ ਲੈ ਕੇ ਜਾ ਸਕਦਾ ਅਦਾਲਤ ਨੇ ਇਸ ਦੇ ਲਈ ਮੋਟਰ ਵਹੀਕਲ ਐਕਟ ਦਾ ਹਵਾਲਾ ਦਿੱਤਾ ਪਰ ਦਰਸ਼ਨ ਕਰਨ ਦੇ ਅਧਿਕਾਰ ਦਾ ਵੀ ਦਾਇਰਾ ਹੈ ਸ਼ੰਭੂ ਅਤੇ ਖਨੋਰੀ ਸਰਾਧ ਤੇ ਵੱਡੀ ਭੀੜ ਇਕੱਠੀ ਨਾ ਹੋਣ ਦਿੱਤੇ ਜਾਵੇ ਟਰੈਕਟਰ ਟਰਾਲੀਆਂ ਪਰਦਰਸ਼ਨ ਦੇ ਵਿੱਚ ਲਜਾਣ ਦਾ ਕੀ ਮਤਲਬ ਹੈ ਅਗਲੀ ਖਬਰ ਹੈ ਡਿਬਰੂਗੜ੍ਹ ਜੇਲ ਤੋਂ ਆਇਆ ਅਮਰਤਾ ਪਾਲ ਸਿੰਘ ਦਾ ਸੰਦੇਸ਼ਾ ਮਾਰਨਾ ਹੈ ਤਾਂ ਪੰਜਾਬ ਵੱਲ ਜਾ ਕੇ ਮਾਰ ਦਿਓ ਪਰ ਤਾਂ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਸੀ ਤਹਿਤ ਆਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਾ ਪਾਲ ਸਿੰਘ ਅਤੇ ਉਹਦੇ ਸਾਥੀ ਪਿਛਲੇ 6 ਦਿਨਾਂ ਤੋਂ ਭੱਖੜ ਤਲ ਤੇ ਹੁਣ ਅਮਰਤਾ ਪਾਲ ਸਿੰਘ ਦੇ ਇੱਕ ਆਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਉਸਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੇ ਐਨਐਸਏ ਸਲ ਦੇ ਵਿੱਚ ਸੀਸੀਟੀਵੀ ਕੈਮਰੇ ਲਾਏ ਹੋਏ ਹਨ ਤੇ ਇਸ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਹਰ ਕਿਸੇ ਤੋਂ ਮੋਬਾਈਲ ਅਤੇ ਇਲੈਕਟ੍ਰੋਨਿਕ ਜਾਂਤਰਾ ਦੇ ਬਾਹਰ ਤੋਂ ਕਰਨ ਦਾ ਦੋਸ਼ ਲਗਾਇਆ ਹੈ। અમ્રત પાળસંગ ਨੇ ਆਪਣੀ ਆ디오 ਵਿੱਚ ਦੱਸਿਆ ਕਿ ਹਾਲ ਹੀ ਦੇ ਵਿੱਚ ਡੁਰਗੜ੍ਹ ਜੇਲ੍ਹ ਦੇ ਵਿੱਚ NSA ਸਲਦ ਦੇ ਵਿੱਚ ਕੁਝ ਵਿਅਕਤੀ ਆਏ ਸੰਤੇ ਇੱਕ ਇਲੈਕਟ੍ਰੀਸ਼ੀਅਨ ਵੀ ਉਹਨਾਂ ਦੇ ਨਾਲ ਸੀ ਉਹਨਾਂ ਦੇ ਬੈਰਕ ਵਿੱਚ ਗੋਪਤ ਤਰੀਕੇ ਦੇ ਨਾਲ ਜਸੂਸੀ ਕੈਮਰੇ ਲਗਾਏ ਗਏ ਸੰਤੇ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਬੁਲਾਇਆ ਤੇ ਜਸੂਸੀ ਕੈਮਰੇ ਹਟਾਏ ਤੇ ਇਹ ਕੈਮਰੇ ਇੱਕ ਡੋਂਗਲ ਵੀ ਸਨ ਜੋ ਸਵੇਚ ਬੋਰਡ ਦੇ ਬੈਚ ਚ ਲਗਾਇਆ ਗਿਆ ਸੀ ਅਗਲੇ ਹੀ ਦਿਨ 300 ਤੋਂ 400 ਪੁਲਿਸ ਵਾਲੇ ਉਹਨਾਂ ਦੇ ਬੈਰਕ ਵਿੱਚ ਆ ਗਏ ਤੇ ਉਹਨਾਂ ਟੀਵੀ ਚੋਂ ਕਿਆ ਰਿਮੋਟ ਲੈ ਲਿਆ ਤੇ 10-15 ਰੁਪਏ ਦੀ ਕੜੀ ਨੂੰ 스마트 ਕੜੀ ਦੱਸਿਆ ਗਿਆ ਤੇ ਇੰਨਾ ਹੀ ਨਹੀਂ ਉਹਨਾਂ ਨੇ ਇਸ ਨੂੰ ਉੱਥੇ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਿਆ ਤੇ ਆਪਣੀ ਰਿਕਵਰੀ ਦਿਖਾਈ ਇਸ ਘਟਨਾ ਦੇ ਬਾਅਦ ਤੋਂ ਉਹ ਅਤੇ ਉਹਦੇ ਸਾਰੇ ਦੋਸਤ ਹੁਣ ਭਖੜ ਤਲ ਤੇ ਹਨ ਅਮਰਤਾ ਪਾਲ ਸਿੰਘ ਨੇ ਕਹਿ ਕੇ ਡਿਬਰੂਗੜ੍ਹ ਦੇ ਡੀਐਸ ਨੂੰ ਪੁੱਛਿਆ ਜਾਵੇ ਕਿ ਅਜਿਹਾ ਕੰਮ ਕਿਉਂ ਕੀਤਾ ਜਾ ਰਾ ਡਰਪੋਕਾ ਬੰਗ ਕੰਮ ਨਾ ਕਰੋ ਮਾਰਨਾ ਹੈ ਤਾਂ ਪੰਜਾਬ ਲੈ ਕੇ ਜਾਓ ਚੌਂਕ ਦੇ ਵਿੱਚ ਆ ਖੜਾ ਕਰਕੇ ਮਾਰ ਦਿਓ ਉਹਦੇ ਦੋਸਤ ਬਸੰਤਾ ਸਿੰਘ ਚਾਚਾ ਹਰਦੇਪਾਤੇ ਦੋ ਹੋਰਾਂ ਦੀ ਹਾਲਤ ਬਗੜ ਗਈ ਤੇ ਜੇਕਰ ਕੋਈ ਮਰਦਾ ਹੈ ਤਾਂ ਉਹਦੇ ਲਾਸ਼ ਨੂੰ ਪੰਜਾਬ ਲੈ ਜਾਇਆ ਜਾਵੇ ਅਮਰਤਪਾਲ ਸਿੰਘ ਨੇ ਕਹਿ ਕੇ ਜਦੋਂ ਤੱਕ ਉਹਨਾਂ ਨੂੰ ਪੰਜਾਬ ਨਹੀਂ ਲਿਜਾਇਆ ਜਾਂਦਾ ਉਰੋਂ ਤੱਕ ਪੋਖੜ ਤਾਲ ਖਤਮ ਨਹੀਂ ਹੋਵੇਗੀ ਤੇ ਉਹਨਾਂ ਨੂੰ ਜਿਉਂਦੇ ਪੰਜਾਬ ਲੈ ਕੇ ਜਾਣ ਜਾਂ ਮਰਨ ਤੋਂ ਬਾਅਦ ਇਹ ਸਭ ਮਰਨ ਤੋਂ ਨਹੀਂ ਡਰਦੇ ਉਹਨਾਂ ਨੇ ਜੋ ਵੀ ਕੀਤਾ ਆਪਣੀ ਕੌਮ ਦੇ ਲਈ